ਸਤਰੰਗ ਡੌਰੂਆ ਵੱਜਦਾ ਸੀ ਜਿਹੜਾ ਜਿਹੜੀ ਜਾੜ ਉੱਥੇ ਜਿੱਥੇ ਚਲਾਈ ਆ ਲੋਕਾਂ ਦੇ ਅੰਦਰ ਡੌਰੂਆ ਵੱਜਦਾ ਸੀ। ਡੌਰੂ ਵੱਜਦਾ ਜਦ ਤੇਰੀ ਆਵਾਜ਼ ਤੋਂ ਖਿਲਾਫ ਜਿਹੜੀ ਆਵਾਜ਼ ਹੈ ਨਾ ਵਿਰੋਧੀ ਉਹਦੇ ਨਾਲ ਡੌਰੂ ਵੱਜਦਾ। ਭਾਣੇ ਤੋਂ ਖਿਲਾਫ ਲੋਕ ਜਿਹੜਾ ਸੋਚਦੇ ਨੇ ਨਾ ਜਿਹੜੀ ਸੋਚ ਭਾਣੇ ਤੋਂ ਖਿਲਾਫ ਹੈ ਉਹ ਡੌਰੂ ਹੈ ਵਿਰੋਧੀ ਆਵਾਜ਼। ਤੇਰੀ ਆਵਾਜ਼ ਤੋਂ ਵਿਰੁੱਧ ਆਵਾਜ਼ ਇੱਛਾ ਤੋਂ ਵਿਰੁੱਧ ਇੱਛਾ ਜਿਹੜੀ ਉਹ ਡੌਰੂ ਵਜਾਉਂਦੀ ਹੈ ਉਹ ਕੁਛ ਹੋਰ ਵਜਾਉਂਦੇ ਨੇ ਤੂੰ ਕੁਛ ਹੋਰ ਵਜਾਉਂਦਾ। ਸਿਤਾ ਛੇਦ ਚਮਾ ਚਮ ਸਿਤਾ ਛੇਦ ਛਤਰੰਗ ਸਿਤਾ ਛੇਦ ਛਤਰੰਗ ਚਿੱਟਾ ਸਿਤਾ ਛੇਦ ਚਾਂਦਨੀ ਵਰਗਾ ਛਤਰ ਹੈ ਤੇਰੇ ਸਿਰ ਤੇ ਚਿੱਟਾ ਜਿਵੇਂ ਚੰਦਰਮਾ ਦੀ ਚਾਨਣੀ ਹੁੰਦੀ ਹੈ ਨਾ ਇਹ ਜਿਹਾ ਛਤਰ ਹੈ ਸਿਰ ਤੇ ਇਹ ਜਿਹਾ ਗਿਆਨ ਹੈ ਤੇਰਾ ਗਿਆਨ ਵਖੇਰ ਰਿਹਾ ਨਾ ਸਾਰੇ ਰੋਸ਼ਨੀ ਬਖੇਰ ਲਿਆ ਸਾਰਿਆਂ ਤੇ ਹਾਂ ਹਾਂ ਹੂ ਹੂ ਹਾਸੰ ਚਮਾ ਚਮ ਤਰੰਗ ਏਦਾਂ ਤਾਂ ਹਾ ਹੂ ਹੋ ਰਹੀ ਹੈ ਡੋਰੂ ਵੱਜ ਰਹੇ ਜਿੱਥੇ ਹਾ ਹੂ ਹੋ ਰਹੀ ਸੀ ਨਾ ਜਦ ਪਛਾਣ ਆਇਆ ਹਾ ਹੂ ਹੁੰਦੀ ਹੈ ਜੇ ਕਲਬਾਂ ਚ ਹਾ ਹੂ ਹੁੰਦੀ ਹੋਵੇ ਜਦ ਪਤਾ ਲੱਗਿਆ ਜਦ ਜ਼ਮੀਨ ਉਦਲੀ ਥੱਲੇ ਹੋ ਗਈ ਹਾ ਹੂ ਹਾਸੰ ਚਮਾ ਚਮ ਤਰੰਗ ਤੇਰੇ ਚਮਾ ਚਮ ਅਸਤਰ ਚਮਕਦੇ ਸੀ ਚੱਕ ਤੋਂ ਫੱਟੇ ਇਹਨਾਂ ਦੇ ਤੂੰ ਆਪਣਾ ਤਲਵਾਰਾਂ ਤਿੱਖੀਆਂ ਕਰਦਾ ਤਾ ਉੱਥੇ ਹਾ ਹੋ ਰਹੀ ਸੀ ਉਹ ਆਪਣੇ ਤੈਨੂੰ ਭੁੱਲ ਕੇ ਆਪਣੇ ਹਾ ਹੂ ਕਰ ਰਹੇ ਤੇ ਹਾ ਦੂਤ ਕਰ ਰਹੇ ਤੇ ਦਾਰੂ ਪੀ ਕੇ ਤੇਰੇ ਆਪਣੇ ਤੂੰ ਆਪਣੇ ਜਿਹੜੇ ਨੇ ਸ਼ਾਸਤਰ ਉਹਨਾਂ ਨੂੰ ਚਮਕਾ ਰਿਹਾ ਸੀ ਉਹ ਕੀ ਜਾਣਨ ਉਹਨਾਂ ਨੂੰ ਕੀ ਵਿਚਾਰਿਆਂ ਨੂੰ ਪਤਾ ਵੀ ਕੀ ਹੋ ਰਿਹਾ ਮਹਾਂਘੋਰ ਸ਼ਬਦਨ ਤੇਰੇ ਹੱਥ ਚ ਜਿਹੜੇ ਹਥਿਆਰ ਚਮਕਦੇ ਤੇ ਉਹਨਾਂ ਨੂੰ ਕਿਹੜਾ ਦੀਦੇ ਸੀਗੇ ਤੇਰੇ ਹਥਿਆਰ ਤੂੰ ਆਪਣੇ ਹਥਿਆਰ ਚਮਕਾ ਰਿਹਾ ਸੀ ਉਹ ਹਾਊ ਦੇ ਵਿੱਚ ਲੱਗੇ ਹੋਏ ਸੀ ਜਦੋਂ ਹੀ ਪਤਾ ਲੱਗਿਆ ਪਤਾ ਵੀ ਨੀ ਲੱਗਿਆ ਕਈਆਂ ਨੂੰ ਤਾਂ ਕੀ ਹੋ ਗਿਆ ਸਿਕੰਟਾ ਜੇ ਬਸ ਟਾਈਮ ਨੀ ਮਿਲਿਆ ਸੋਚਣ ਦਾ ਕੀ ਹੋ ਗਿਆ। ਮਹਾਂਘੋਰ ਸ਼ਬਦਨ ਵਜੇ ਸੰਖ ਐਸੇ ਸੰਖ ਕਿਵੇਂ ਵੱਜਦਾ ਤੇਰਾ ਤੇਰੀ ਆਵਾਜ਼ ਕੀ ਹੈ ਮਹਾਂਘੋਰ ਸ਼ਬਦਨ ਬਹੁਤ ਹੀ ਘਨਘੋਰ ਵਾਲਾ ਸ਼ਬਦ ਹੈ ਜਿਵੇਂ ਬੱਦਲ ਗੱਜਦਾ ਹੁੰਦਾ ਇਹ ਤਾਂ ਮਮੂਲੀ ਹੈ ਬੱਦਲ ਦੀ ਗੱਜ ਤਾਂ ਕੁਛ ਵੀ ਨਹੀਂ ਹੁੰਦੀ ਕਹਿੰਦੇ ਮਹਾਂਘੋਰ ਸ਼ਬਦਨ ਵਜਾ ਸੰਖ ਐਸੇ ਤੇਰਾ ਸੰਖ ਵੱਜਦਾ ਨਾ ਜਿਹੜਾ ਸ਼ਬਦ ਦੀ ਆਵਾਜ਼ ਹੈ ਕੋਰ ਸ਼ਬਦ ਦੂਰ ਤੇ ਸੁਣਨ ਵਾਲਾ ਸਰ ਵਿਆਪੀ ਸੁਣਨ ਵਾਲਾ ਪ੍ਰਲੈ ਕਾਲ ਕੇ ਕਾਲ ਕੀ ਜਵਾਲ ਜੈਸੇ ਬਸਿਆ ਜੀ ਪਰਲੋ ਲਿਆ ਦਿੰਦੀ ਹੈ ਕਾਲ ਕੇ ਕਾਲ ਕੀ ਜਵਾਲ ਜੈਸੇ ਐ ਸਮਝੋ ਉਹਨੂੰ ਸੁਣ ਕੇ ਦਹਿਲੇ ਜਾਂਦਾ ਸੰਸਾਰ ਦਹਿਲ ਜਿਵੇਂ ਜੇ ਸੁਣ ਜਵੇ ਉਹਦੇ ਵਿੱਚ ਹੀ ਮੌਤ ਆਉਂਦੀ ਹੈ ਨਾ ਸਪਲਾਈ ਮੌਤ ਦੇ ਫਰਮਾਨ ਵੀ ਵਿੱਚੇ ਨੇ ਉਹਦੇ ਸਾਰੇ ਫਰਮਾਨ ਨੇ ਉਹਦੇ ਵਿੱਚ ਜੰਮਣ ਦੇ ਮਰਨ ਦੇ ਪਾਲਣ ਦੇ ਸਾਰੇ ਫਰਮਾਨ ਵਿੱਚੇ ਨੇ ਉਹਦੇ ਇੱਕ ਦੇ ਵਿੱਚੇ ਨੇ ਹੁਕਮ ਦੇ ਇੱਕ ਹੁਕਮ ਚ ਸਾਰੇ ਹੁਕਮ ਨੇ ਹੁਕਮ ਤਾਂ ਇੱਕੋ ਹੀ ਹੈ ਨਾ ਜੰਮਣਾ ਵੀ ਮਰਨਾ ਵੀ ਪਾਲਣਾ ਵੀ ਹੁਕਮ ਉਸੇ ਦੇ ਵਿੱਚ ਨੇ ਸਾਰੇ ਰਸਾਵਲ ਛੰਦ ਘਣੰ ਘੰਟ ਬਾਜੰ ਧੁਲੰਗ ਮੇ ਗਲਾਜੰ ਐਸਾ ਘਣਾ ਘੰਟ ਵੱਜਦਾ ਹੈ ਨਾ ਘਣੇ ਜਿਵੇਂ ਬਹੁਤ ਸਾਰੇ ਘੰਟੇ ਇਕੱਠੇ ਕਰ ਲਈਏ ਨਾ ਆਪਾਂ ਘਣੇ ਉਹ ਇਕੱਠੇ ਵਜਾਈਏ ਇਕੱਠੇ ਵਜਾ ਦਈਏ ਉਹਨਾਂ ਦੀ ਜਿਹੜੀ ਆਵਾਜ਼ ਹੁੰਦੀ ਹੈ ਨਾ ਐ ਜੀ ਆਵਾਜ਼ ਬੰਨ ਲਓ ਇੱਕ ਘੰਟਾ ਨੀ ਵੱਜਦਾ ਬਹੁਤ ਸਾਰੇ ਵੱਜਦੇ ਨੇ ਘਣ ਘੰਟ ਵੱਜਣ ਕਿਉਂ ਕਿਹਾ ਇਹ ਗੱਲ ਉਹ ਕਹਿੰਦੇ ਨੇ ਘੰਟੇ ਦੀ ਆਵਾਜ਼ ਹੈ ਇੱਕ ਵਿੱਚ ਸੰਖ ਦੀ ਆਵਾਜ਼ ਹੈ ਕਾ ਹੈ ਸੱਤ ਆਵਾਜ਼ਾਂ ਲਾ ਕੇ ਵਜਾਉਂਦੇ ਨੇ ਇਹਨੂੰ ਕੱਟ ਰਹੇ ਨੇ ਹੁਣ ਉਹ ਆਵਾਜ਼ਾਂ ਨੂੰ ਜਿਹੜੀਆਂ ਸੱਤ ਆਵਾਜ਼ਾਂ ਨੇ ਉਹਨਾਂ ਦੀ ਉਹਨੂੰ ਕੱਟਣਗੇ ਦੇਖੋ ਕਿਵੇਂ ਕੱਟਣੀਆਂ ਨੇ ਰਾਧਾ ਸਵਾਮੀਆਂ ਦੀਆਂ ਉਹਨੇ ਰਾਧਾ ਸਵਾਮੀਆਂ ਦੀਆਂ ਆਵਾਜ਼ਾਂ ਨੇ ਕੱਟ ਹੋਣੀਆਂ ਨੇ ਸਾਰੀਆਂ ਜੀ ਦੇਖੋ ਕਿਵੇਂ ਕੱਟ ਹੁੰਦੀਆਂ ਨੇ ਘਣੰਗ ਘੰਟ ਵਾਜਨ ਘੰਟ ਦਾ ਘੰਟੇ ਦਾ ਇੰਨੇ ਵੱਜਦੇ ਨੇ ਕੋਈ ਅੰਤ ਨੀ ਇਕੱਠੇ ਹੀ ਜਦ ਬਹੁਤੇ ਘੰਟੇ ਵੱਜਦੇ ਹੁਣ ਇਹ ਨੀ ਪਤਾ ਲੱਗਦਾ ਆਵਾਜ਼ ਕਾਹਦੀ ਹੈ ਲੱਖਾਂ ਹੀ ਘੰਟੇ ਵਜਾ ਦੋ ਇਕੱਠੇ ਹੀ ਐ ਨੀ ਪਤਾ ਲੱਗਦਾ ਆਵਾਜ਼ ਕਾਹਦੀ ਹੈ ਫਿਰ ਘੰਟੇ ਦੀ ਆਵਾਜ਼ ਜਪ ਲਾ ਲੂਜਾ ਇੱਕੋ ਵਜੇ ਸਿਰਫ ਜੇ ਲੱਖਾਂ ਹੀ ਵਜਾ ਦੋ ਫਿਰ ਨੀ ਪਤਾ ਲੱਗਦਾ ਆਵਾਜ਼ ਕਾਹਦੀ ਹੈ
शोर तो सुनूगा, शोर है, आवाज नहीं पछाण हुंदी कादी है। धुन मेघ लाजन, ऐसी धुन पैदा हुंदी है, मेघ भी जड़ा हैगा, मेघ बदल दी गल नहीं है, बदल ही मेघ है इत्थे, बदल नूं कादी लाज आउणी ते जड़ है। ओ जिहनूं सुणदा मेघा जिहनूं फरमान हुंदा मेघा, आवाजा एनिया ने, ओ कहिंदा मैं तां विच्चों इक कणका ही कणका दे रहा है, जिहड़ा मैं दे रहा हुकम, जो जो कणक है ओ मेरे वास्ते इक कणका आ रहा है, नेरी है, उत्थे तां ज्ञान दी नेरी आई हुई है, ओनूं तां इक कणका मिलदा जिहड़ा देण नूं नेरी चो। तुहां मेघ लाजन, कणका एक जे जीव साहब है तां नेरी चलदी है, ਉਹ ਇੱਕ ਕਿਣਕਾ ਸਪਲਾਈ ਕਰ ਰਿਹਾ, ਕੇਵਲ ਆਦਮੀ ਨੂੰ ਗਿਆਨ ਦੇ ਰਿਹਾ, ਆਤਮ ਗਿਆਨ, ਜਿਹੜੇ ਬਾਕੀ ਗਿਆਨ ਨੇ ਦੇਣੇ ਘਟੀਆ ਗਿਆਨ, ਉਦੋਂ ਉਹ ਕੌਣ ਦੇ ਰਿਹਾ, ਉਹ ਤਾਂ ਉਹ ਨੀ ਦੇ ਰਿਹਾ, ਉਹ ਤਾਂ ਭਗਤ ਨੀ ਦੇ ਰਿਹਾ ਘਟੀਆ ਗਿਆਨ, ਘਟੀਆ ਗਿਆਨ ਤਾਂ ਘਟੀਆ ਵਾਲੇ ਦੇ ਰਹੇ ਨੇ, ਹੋਰ ਪਰਮ ਗਿਆਨੀ, ਪਰਮ ਗਿਆਨੀਆਂ ਨੂੰ ਗਿਆਨ ਕੌਣ ਦੇ ਰਿਹਾ, ਉਹ ਵੀ ਉਹੀ ਦੇ ਰਿਹਾ, ਟੁੱਟੀ ਪੱਤ ਵਾਲੇ ਨੂੰ ਗਿਆਨ ਦੇ ਰਿਹਾ, ਉਹ ਵੀ ਉਹੀ ਦੇ ਰਿਹਾ, ਸਿੱਧੀਆਂ ਪੁੱਠੀਆਂ ਪੱਤਾਂ ਸਾਰੀਆਂ ਉਹੀ ਚਲਾ ਰਿਹਾ ਨਾ, ਇਸ ਕਰਕੇ ਮੇਘ ਉਹਨੂੰ ਗਿਆ ਹੋਇਆ ਜਿਹੜਾ ਭਗਤ ਹੈ। ਧੁਨ ਮੇਘ ਲਾਜਨ, ਉਹ ਦੇਖਦਾ ਵੀ ਮੈਂ ਆਪ ਕੀ ਕਰ ਰਿਹਾ, ਮੈਂ ਕੀ ਕਰ ਰਿਹਾ, ਮੈਨੂੰ ਤਾਂ ਲਾਇਆ ਇੱਧਰ, ਆਪ ਲੱਗਿਆ ਹੋਇਆ ਕੀ ਕਰਨਾ। ਤਾਂ ਉਹਨਾਂ ਨੇ ਕਿਹਾ ਵੀ ਜਿਹੜੇ ਮਤਾਂ ਨੇ ਦੂਜੀਆਂ, ਉਧਰ ਵੀ ਤੁਸੀਂ ਖੜਾ, ਇਹ ਜਿਹੜੀਆਂ ਮੱਤਾਂ ਨੇ ਇਹਨਾਂ ਦੇ ਜਿਹੜੇ, ਇਹਨਾਂ ਨੂੰ ਤੂੰ ਮਤਲਬ ਹੈ ਵਿਧਵਾ ਕਿਉਂ ਨੀ ਕਰਦਾ, ਵਿਧਵਾ ਕਸ ਨਾ ਕਰਤ ਬਹਿਤਾਰੀ, ਜੈ ਗੁਲ ਪੂਤਨ ਗਿਆਨ ਵਿਚਾਰੀ, ਜਿਹੜੀ ਕੁਲ ਦੇ ਵਿੱਚ ਗਿਆਨ ਵਿਚਾਰ ਵਾਲਾ ਪੁੱਤਰ ਵੀ ਨੀ ਪੈਦਾ ਹੋ ਰਿਹਾ, ਤੂੰ ਉਹਨਾਂ ਮੱਤਾਂ ਨੂੰ ਵਿਧਵਾ ਕਿਉਂ ਨੀ ਕਰ ਰਿਹਾ, ਵਿਧਵਾ ਕਸ ਨਾ ਭਈ ਮਹਿਤਾਰੀ, ਉਹਦੀ ਮਾਂ ਵਿਧਵਾ ਕਿਉਂ ਨੀ ਹੋਈ, ਇਹ ਮੱਤਾਂ ਨੇ ਉਲਟ ਜਾ ਰਹੇ ਨੇ। ਮੇਰਾ ਵਿਰੋਧ ਕਰ ਰਹੇ ਨੇ, ਮੈਨੂੰ ਲਾਇਆ ਹੋਇਆ ਸਿੱਧੇ ਪਾਸੇ, ਇਹ ਉਲਟੇ। ਉਹ ਕਹਿੰਦੇ ਨਹੀਂ, ਇਹ ਨੀਵੀਂ ਕਲਾਸ ਦੀ ਵੀ ਲੋੜ ਹੈ, ਇਸ ਕਲਾਸ ਦੀ ਵੀ ਲੋੜ ਹੈ, ਗਲਤੀ ਇੰਨੀ ਉਹ ਕਰਦੇ ਨੇ, ਕਹਿੰਦੇ ਨੇ ਵੀ ਗਾਹਾਂ ਕਲਾਸ ਹੈ ਨੀ, ਹੋਰ ਇਹ ਤੂੰ ਦੱਸਦੀ, ਇਹ ਆਪਣੀ ਕਲਾਸ ਨੂੰ ਫਾਈਨਲ ਦੀ ਕਹਿੰਦੇ ਨੇ, ਇੰਨੀ ਗਲਤੀ ਹੈ, ਵੈਸੇ ਕਲਾਸ ਇਹਦੀ ਵੀ ਲੋੜ ਹੈ, ਗਲਤੀ ਉਹਨਾਂ ਦੀ ਇੰਨੀ ਹੋਈ ਆ ਵੀ ਇਸ ਪੌੜੀ ਨੂੰ ਫਾਈਨਲ ਪੌੜੀ ਕਹਿ ਰਹੇ ਨੇ, ਉਹ ਪੌੜੀ ਉਹਦੀ ਵੀ ਲੋੜ ਹੈ, ਉਸ ਪੌੜੀ ਦੀ ਪੜ੍ਹਾਈ ਦੀ ਵੀ ਲੋੜ ਹੈ, ਸਕੂਲ ਪ੍ਰਾਇਮਰੀ ਦੀ ਵੀ ਲੋੜ ਹੈ, ਗਲਤੀ ਇੰਨੀ ਹੋਇਆ ਨਾ ਉਹਨੂੰ ਫਾਈਨਲ ਦਾ ਸਕੂਲ ਕਹਿ ਰਹੇ ਨੇ, ਉਹ ਜੇ ਤੂੰ ਗਾਹਾਂ ਕੁਛ ਹੈ ਨੀ, ਉਹ ਤੂੰ ਫਿਰ ਕਾਹਦੇ ਵਾਸਤੇ, ਜੇ ਇਹੀ ਕਹਿ ਦਿੰਦੇ ਵੀ ਗਾਹਾਂ ਹੈਗਾ ਫਿਰ ਤੇਰੀ ਕਾਹਦੀ ਲੋੜ ਸੀ, ਇਹ ਤੇ ਤੋਂ ਕਹਾ ਦਾਂਗੇ, ਚੱਲਣ ਦੇ ਇਹਨੂੰ, ਵੇ ਵੀ ਚਲਾਉਂਦੇ ਨੇ, ਇਹਦੇ ਬਿਨਾਂ ਵੀ ਨੀ ਸਰ, ਮੇਰਾ ਨੀ ਸਰਦਾ ਇਹਦੇ ਬਿਨਾਂ, ਤੂੰ ਆਪਣਾ ਕੰਮ ਕਰੀ ਜਾ, ਉਹ ਤਾਂ ਆਪਣੀ ਕਹਿ ਰਿਹਾ ਨਾ, ਵਿਧਵਾ ਕਸਣਾ ਭਈ ਮਹਿਤਾਰੀ, ਜੇ ਕੁਲ ਪੁੱਤ, ਜਿਹੜੀ ਕੁਲ ਨੇ ਇੱਕ ਵੀ ਗਿਆਨ ਵਿਚਾਰੀ ਪੁੱਤ ਨੀ ਪੈਦਾ ਕਰਿਆ, ਉਹਦੀ ਮਾਂ ਨੂੰ ਵਿਧਵਾ ਕਿਉਂ ਕੀਤਾ ਜਾਵੇ, ਅਸੀਂ ਇਹ ਗੱਲ ਕਹਿ ਸਕਦੇ ਹਾਂ, ਸਾਡੇ ਕੋਲ ਜਿਹੜਾ ਪ੍ਰਚਾਰ ਦੇ ਸੈਂਟਰ ਨੇ, ਗੁਰਦੁਆਰੇ ਨੇ, ਸਾਡੇ ਮਨਮਤ ਦਾ ਪ੍ਰਚਾਰ ਜਿਹੜਾ ਹੋ ਰਿਹਾ, ਇੱਥੇ ਨਹੀਂ ਹੋ ਸਕਦਾ ਮਨਮਤ ਦਾ ਪ੍ਰਚਾਰ, ਇਹ ਤਾਂ ਕਹਿ ਰਹੇ ਆ, ਇੱਥੇ ਤਾਂ ਇੱਥੋਂ ਤਾਂ ਇਹ ਫਰਮਾਨ ਹੈ, ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਜੇ ਸਾਡੇ ਕੁਲ ਵਿੱਚ ਗਿਆਨ ਵਿਚਾਰੀ ਪੁੱਤ ਨਾ ਪੈਦਾ ਹੋਵੇ, ਸਿੱਖਾਂ ਦੀ ਕੁਲ ਦੇ ਵਿੱਚ ਵੀ ਗਿਆਨ ਵਿਚਾਰੀ ਪੁੱਤ ਨਹੀਂ ਪੈਦਾ ਹੋਇਆ, ਤਾਂ ਸਾਡੀ ਤਾਂ ਫਿਰ ਮਹਿਤਾਰੀ ਵਿਧਵਾ ਹੋ ਗਈ, ਇੱਥੇ ਕਿਉਂ ਨੀ ਪੈਦਾ ਹੋਇਆ, ਕੌਣ ਜਵਾਬ ਦਊ ਇਹਦਾ, ਅਸੀਂ ਉਹਨਾਂ ਵੱਲ ਉਂਗਲੀ ਉਠਾ ਰਹੇ ਹਾਂ, ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਪਰ ਇੱਥੇ ਤਾਂ ਇਹ ਵੀ ਨਹੀਂ ਹੋ ਰਿਹਾ, ਜਿਹੜੀ ਉਂਗਲੀ ਉਠਾ ਰਹੀ ਹੈ ਉਹ ਖੁਦ ਉਸ ਸਕੂਲ ਵਿੱਚ ਗਿਆਨ ਵਿਚਾਰੀ ਨੀ ਪੈਦਾ ਹੋਇਆ, 250 ਸਾਲ ਇਹਦਾ ਜਵਾਬ ਖੋਲ ਦਊ, ਇਹਦੇ ਤਾਂ ਲਗਾਤਾਰ ਵਿਗਿਆਨ ਵਿਚਾਰੀ ਪੈਦਾ ਹੋਣੇ ਚਾਹੀਦੇ ਨੇ, ਲਗਾਤਾਰ ਪੈਦਾ ਹੋਣੇ ਚਾਹੀਦੇ ਸੀ,
ताही बल्ब चलता ना लगातार जे चेत जलूगी ताही चेत तो खड़गी दरियाला सुख गया ज्ञान विज्ञान तो खत्म हो गया माया तो फेरा बड़ी दरियादा अगला जलन लग गया अमर की थो अमर थो अगला दरिया चलता हूं क्रोध का दरिया नहीं चलता अगला नहीं चलता कदे चलता हूं माया का तो माया अगर सब एको जी जे माया का दरिया चलता तो अग का दरिया चलता गुरुद्वार च अमृत का दरिया नहीं चलता ये दरिया च अग बहन लग गई हूं अग क्रोध अग झगड़े अग तो अग चल पी इत माया अग माया की सी माया अगर तो एको जी क्या